ਅਸਲਾਮ ਅਲੈਕੁਮ ਨਾਜ਼ਰੀਨ, ਕਲੀਮ ਉਲ ਹਸਨ ਅਫੀਸ਼ੀਅਲ ਯੂਟਿਊਬ ਚੈਨਲ ਤੱਕਣੇ ਹੋ ਪਏ ਔਰ ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਤੁਸਾਂ ਸਾਡੇ ਇਸ ਚੈਨਲ ਕੀ ਬੜੀ ਮੁਹੱਬਤ ਨਜ਼ਾਰ ਕਰਨੇ ਹੋ, ਲਾਈਕ ਕਰਨੇ ਹੋ, ਕਮੈਂਟਸ ਕਰਨੇ ਹੋ, ਸ਼ੇਅਰ ਵੀ ਕਰਨੇ ਹੋ ਔਰ ਇਹ ਵੀਡੀਓ ਜਿਹੜੀਆਂ ਨਾ ਅਸਾਂ ਤੁਸਾਂ ਨੀ ਮੁਹੱਬਤ ਪਿੱਛੇ ਹੀ ਬਣਾਉਣੇ ਹਾਂ। ਸੱਚੀ ਗੱਲ ਹੈ, ਅੱਜ ਮਈ ਨੀ 9 ਤਾਰੀਖ ਹੈ ਔਰ 9 ਮਈ ਨੇ ਹਵਾਲੇ ਨਾਲ ਅੱਜ ਨਾ ਮੈਂ ਜਿਹੜਾ ਇਹ ਪ੍ਰੋਗਰਾਮ ਹੈ, ਇਹ ਜਿਹੜੀ ਵੀਡੀਓ ਹੈ, ਵੀਲੌਗ ਹੈ, ਇਹ ਸਾਰਾ ਤੁਸਾਂ ਕੀ ਦੱਸਣਾ ਚਾਹੁੰਦਾ ਕਿ 9 ਮਈ ਹੈ ਅੱਜ ਔਰ ਮੀਰਪੁਰ ਆਜ਼ਾਦ ਕਸ਼ਮੀਰ ਵਿੱਚ ਚੌਕ ਸ਼ਹੀਦਾਂ ਹੈ, ਇਹ ਮੀਰਪੁਰ ਆਜ਼ਾਦ ਕਸ਼ਮੀਰ ਨਾ ਔਰ ਇੱਥੇ ਇਸ ਲਈ ਅਸਾਂ ਮੌਜੂਦ ਹਾਂ ਔਰ 9 ਮਈ ਨੇ ਹਵਾਲੇ ਨਾਲ ਪੁਲਿਸ ਮੌਜੂਦ ਹੈ, ਪੁਲਿਸ ਹੈ ਜਿਹੜੀ ਇੱਥੇ ਮੌਜੂਦ ਹੈ ਔਰ ਪੁਲਿਸ ਕਿਉਂ ਮੌਜੂਦ ਹੈ, ਪਾਕਿਸਤਾਨ ਤਹਿਰੀਕ ਇਨਸਾਫ ਨੇ ਝੰਡੇ ਤੁਸਾਂ ਕੀ ਨਜ਼ਰ ਆਉਣੇ ਹੋ ਸਨ ਚੌਕ ਸ਼ਹੀਦਾਂ ਵਿੱਚ ਲੱਗੇ ਨੇ ਔਰ ਉਹਨਾਂ ਝੰਡਿਆਂ ਕੀ ਲਾਈ ਤਹਿਤ ਹੈ ਉਹ ਬਾਅਦ ਵਿੱਚ ਸ਼ਾਇਦ 9 ਮਈ ਨੇ ਹਵਾਲੇ ਨਾਲ ਕੋਈ ਤਕਰੀਬ ਹੋਵੇ ਪਾਕਿਸਤਾਨ ਤਹਿਰੀਕ ਇਨਸਾਫ ਦੀ ਤਰਫੋਂ, ਲੇਕਿਨ ਪੁਲਿਸ ਜਿਹੜੀ ਹੈ ਉਹ ਨਫਰੀ ਮੌਜੂਦ ਹੈ, ਪੁਲਿਸ ਨੀ ਨਫਰੀ ਇਸ ਲਈ ਇੱਥੇ ਮੌਜੂਦ ਹੈ। ਤੁਸਾਂ ਕੀ ਨਜ਼ਰ ਆਉਣੇ ਹੋ ਸਨ ਪੁਲਿਸ ਵਾਲੇ ਵੀ ਹੈ ਮੀਰਪੁਰ ਆਜ਼ਾਦ ਕਸ਼ਮੀਰ ਵਿੱਚ ਪੁਲਿਸ ਨੀ ਨਫਰੀ, ਚਾਰ ਚਫੇਰੀ ਮੌਜੂਦ ਹੈ ਚੌਕ ਸ਼ਹੀਦਾਂ ਨੇ ਔਰ ਇਹ ਜ਼ਾਹਿਰ ਹੈ ਇਹਨਾਂ ਕੀ ਜੋ ਹਦਾਇਤ ਲੱਭੀ ਹੈ ਪੁਲਿਸ ਵਾਲਿਆਂ ਕੀ, ਇਹ ਉਸਨੇ ਮੁਤਾਬਕ ਇੱਥੇ ਆਏ ਨੇ ਆਪਣੀ ਡਿਊਟੀ ਸਰ ਅੰਜਾਮ ਦੇਣ ਵਾਸਤੇ ਔਰ ਹੱਥੇ ਵਿੱਚ ਇਹਨਾਂ ਨੇ ਡੰਡੇ ਨੇ ਔਰ ਕੋਈ ਐਸੀ ਆਂਸੂ ਗੈਸ ਵਾਲੀ ਕਹਾਣੀ ਕੋਈ ਨਹੀਂ ਨਜ਼ਰ ਆਉਣੀ ਤਾਂ ਨਾ ਹੀ ਕੋਈ ਗੰਨਾ ਇਹਨਾਂ ਨੇ ਹੱਥੇ 'ਚ ਨੇ। ਪੁਰ ਅਮਨ ਆਇਆ ਸਾ ਨਾ ਇਹ ਇਲਾਕਾ ਵੈ, ਇੱਥੇ ਕੋਈ ਐਸਾ ਕੰਮ ਹੈ ਨਾ ਜਿਹੜਾ ਉਹ ਨਹੀਂ ਆਉਣਾ। ਸਰਕਾਰੀ ਗੱਡੀਆਂ ਤੁਸੀਂ ਤੱਕਣੇ ਹੋ ਕਿ ਕੋਲੋਂ ਗੁਜ਼ਰਨੀਆਂ ਨੇ ਔਰ ਜਿਹੜੀ ਇਹ ਚੌਕ ਸ਼ਹੀਦਾਂ ਨੇ ਵਿੱਚ ਵੀ ਜਿਹੜੀ ਹੈ ਨਾ ਪੁਲਿਸ ਵਾਲੇ ਇਹ ਬੈਠੇ ਨੇ, ਤੁਸੀਂ ਤੱਕਣੇ ਹੋ ਇਹਨਾਂ ਦੀ। ਯਾਨੀ ਕਿ ਪੁਲਿਸ ਆਪਣੀ ਡਿਊਟੀ ਸਰ ਅੰਜਾਮ ਦੇ ਰਹੀ ਹੈ। ਅਸਾਂ ਨਾਲ ਅੱਲਾ ਦਾ ਲੱਖ ਲੱਖ ਸ਼ੁਕਰ ਅਦਾ ਕਰਦੇ ਹਾਂ ਕਿ ਮੀਰਪੁਰ ਆਜ਼ਾਦ ਕਸ਼ਮੀਰ ਬੜਾ ਪੁਰਅਮਨ ਇਲਾਕਾ ਹੈ, ਅੱਛੇ ਲੋਕਾਂ ਦਾ ਇਲਾਕਾ ਹੈ। ਇਹ ਜਿਹੜਾ ਸਾਡਾ ਸ਼ਹਿਰ ਹੈ ਮੀਰਪੁਰ ਕਸ਼ਮੀਰ ਨੇ ਵਿੱਚ ਅਗਰ ਤੱਕਿਆ ਜਾਏ ਤਾਂ ਇਹ ਮਿੰਨੀ ਲੰਡਨ ਇਸਕੀ ਆਖਿਆ ਜਾਣਾ। ਮੀਰਪੁਰ ਨੇ ਲੋਕ ਹਨ ਜਿਹੜੇ ਜ਼ਿਆਦਾਤਰ ਬੈਰੂਨੇ ਮੁਲਕ ਹਨ ਔਰ ਖਾਸ ਕਰ ਇੰਗਲੈਂਡ ਵਿੱਚ, ਬਰਤਾਨੀਆ ਵਿੱਚ ਵਲਾਇਤ ਵਿੱਚ ਜ਼ਿਆਦਾ ਇਹ ਆਪਣਾ ਕਾਰੋਬਾਰ, ਰਹਿਣ ਸਹਿਣ, ਪੂਰਾ ਪੂਰਾ ਖਾਨਦਾਨ ਉੱਥੇ ਮੀਰਪੁਰ ਨੇ ਲੋਕ ਇੰਗਲੈਂਡ ਵਿੱਚ ਮੌਜੂਦ ਹਨ।
ਤੇ 9 ਮਹੀਨੇ ਵਾਲੇ ਨਾਲ ਜੋ ਵੀ ਕਹਾਣੀ ਹੈ ਉਹ ਤੁਸਾਂ ਦੇ ਸਾਹਮਣੇ ਹੈ। ਪੂਰੀ ਦੁਨੀਆ ਕੀ ਇਸ ਕਹਾਣੀ ਨਾਲ ਪਤਾ ਹੈ, ਇਹ ਕਹਾਣੀ ਹੈ ਇੱਕ ਜਿਸ ਤਰ੍ਹਾਂ ਕੋਈ ਇੱਕ ਫਿਲਮ ਨਹੀਂ ਕਹਾਣੀ ਹੋਣੀ ਹੈ, ਹਾਲੀਵੁੱਡ ਵਾਲੇ, ਬਾਲੀਵੁੱਡ ਵਾਲੇ, ਲਾਲੀਵੁੱਡ ਵਾਲੇ ਅਗਰ ਉਹ ਕੋਈ ਫਿਲਮ ਬਣਾਉਣੇ ਤਾਂ ਉਹ ਫਿਲਮ ਹੀ ਹੋਣੀ ਹੈ। ਇਹ ਇਸੇ ਤਰ੍ਹਾਂ ਇਹ ਵੀ ਇੱਕ ਫਿਲਮ ਹੀ ਹੈ। ਔਰ ਇਸ ਫਿਲਮ ਕੀ ਅੱਜ ਜਿਹੜਾ ਨਾ ਸਾਲ ਪੂਰਾ ਹੋ ਗਿਆ ਇਸ ਫਿਲਮ ਕੀ ਚੱਲਣਿਆਂ, ਮੁਖਤਲਿਫ ਮੀਡੀਆ ਵਿੱਚ ਵੀ ਤੁਸੀਂ ਤੱਕਣੇ ਹੋ ਪਏ, ਸੋਸ਼ਲ ਮੀਡੀਆ ਵਿੱਚ ਔਰ ਹਰ ਪਾਸੇ ਤੱਕਣੇ ਹੋ ਪਏ ਕਿ ਇਸ ਕਹਾਣੀ ਕੀ ਕਿਸ ਤਰ੍ਹਾਂ ਜਨਾਬ ਸੱਜਿਓਂ ਖੱਬਿਓਂ ਕਿਸ ਤਰ੍ਹਾਂ ਫੇਰ ਕਹਿਤਾ ਹੈ, ਅੱਲਾ ਨੀ ਲਾਠੀ ਬੇ ਆਵਾਜ਼ ਹੈ ਔਰ ਸੱਚ ਮੂੰਹ ਚੋਂ ਨਿਕਲੀ ਆਉਣਾ। ਜਿੰਨਾ ਜਿੰਨਾ ਇਹ ਕਹਾਣੀ ਬਣਾਈ ਹੈ, ਜਿੰਨਾ ਜਿੰਨਾ ਇਹ ਸਕ੍ਰਿਪਟ ਤਿਆਰ ਕੀਤਾ, ਜਿੰਨਾ ਜਿੰਨਾ ਇਹ ਜ਼ਹਿਰਾ ਪ੍ਰੋਡਕਸ਼ਨ ਹੋਣੀ ਹੈ, ਪੂਰਾ ਕੈਮਰਾਮੈਨ ਹੀ ਹੋਣੀ ਹੈ, ਪੂਰਾ ਜਨਾਬ ਉਸਨੇ ਡਾਇਰੈਕਸ਼ਨ ਦਿੱਤੀ ਜਾਣੀ ਹੈ ਅਤੇ ਡਾਇਰੈਕਸ਼ਨ ਦੇਣੇ ਵਾਲਿਆਂ, ਕਹਾਣੀ ਬਣਾਉਣੇ ਵਾਲਿਆਂ, ਪ੍ਰੋਡਕਸ਼ਨ ਕਰਨੇ ਵਾਲਿਆਂ ਕੋਲੋਂ ਬੇਸ਼ੁਮਾਰ ਗਲਤੀਆਂ ਹੋਈਆਂ ਹਨ ਅਤੇ ਗਲਤੀਆਂ ਸਾਹਮਣੇ ਆ ਗਈਆਂ ਹਨ। ਤੇ ਆਪਣਾ ਖਿਆਲ ਰੱਖੇ ਤਾਂ ਵੀਡੀਓ ਕੀ ਲਾਈਕ ਕਰੇ, ਕਮੈਂਟ ਕਰੇ, ਸ਼ੇਅਰ ਕਰੇ। ਹੁਣ ਇਨਸ਼ਾਅੱਲਾ ਇਜਾਜ਼ਤ ਕਿੰਨੇ ਆ ਤੁਸਾਂ ਕੋਲੋਂ, ਤਾਂ ਅੱਲਾ ਸੋਹਣੇ ਨੇ ਵਾਲਾ ਹੈ।